ਦੁੱਖ ਹਰਤਾ ਦੁੱਖ ਹਰਤਾ ਹਰ ਨਾਮ ਪਛਾਨਾ ਦੁੱਖ ਹਰਤਾ ਹਰ ਨਾਮ ਪਛਾਨਾ ਦੁੱਖ ਹਰਤਾ ਹਰ ਨਾਮ ਪਛਾਨਾ ਅਜਾਉ ਮਾਲੇ ਗਨ ਕਾ ਜੇ ਸਿਮਰਤ ਅਜਾਉ ਮਾਲੇ ਗਨ ਕਾ ਜੇ ਸਿਮਰਤ ਮੁਕਤ ਭਇਆ ਜੀ ਜਨਾ ਮੁਕਤ ਭਇਆ ਦੁੱਖ ਹਰਤਾ ਹਰ ਨਾਮ ਪਛਾਨਾ ਦੁੱਖ ਹਰਤਾ ਹਰ ਨਾਮ ਪਛਾਨਾ ਅਜਾਉ ਮਾਲੇ ਗਨ ਕਾ ਜੇ ਸਿਮਰਤ ਅਜਾਉ ਮਾਲੇ ਗਨ ਕਾ ਜੇ ਸਿਮਰਤ ਮੁਕਤ ਭਇਆ ਜੀ ਜਨਾ ਮੁਕਤ ਭਇਆ ਦੁੱਖ ਹਰਤਾ
हर नाम पछानो। गज की त्रास मिटी जे सिमरत गज की त्रास मिटी छिन होवे मुक्त भया
अचले अमरे निर्भय पद पा अचले अमरे निर्भय पद पा चले जाहे जगत जगत जाहे हैरान जगत जाहे हैरान नानक कहते भगत रक्षक हारे नानक कहते भगत रक्षक हारे निकट ताहे तुम मानो निकट ताहे तुम मानो दुख हरता दुख
ਹਰ ਨਾਮ ਪਛਾਨੋ। ਦੁੱਖ ਹਰਤਾ ਹਰ ਨਾਮ ਪਛਾਨੋ, ਅਜਾਮਲ ਗਣਕਾ ਜੇ ਸਿਮਰਤ, ਅਜਾਮਲ ਗਣਕਾ ਜੇ ਸਿਮਰਤ ਮੁਕਤ ਭੈ। ਮੁਕਤ ਭੈ ਜੀ ਜਾਨੋ, ਮੁਕਤ ਭੈ ਜੀ ਜਾਨੋ, ਗਜ ਕੀ ਤ੍ਰਾਸ ਮਿੱਟੀ ਛਿਨੂ ਮੈਂ, ਗਜ ਕੀ ਤ੍ਰਾਸ ਮਿੱਟੀ ਛਿਨੂ ਮੈਂ, ਜਬ ਹੀ ਰਾਮ ਬਖਾਨਾ, ਜਬ ਹੀ ਰਾਮ ਬਖਾਨੋ ਜੀ ਜਾਨੋ, ਜਬ ਹੀ ਰਾਮ ਬਖਾਨੋ, ਨਾਰਦ ਕੈ ਸੁਨਤ ਧਰੂਪਾਰਕ, ਨਾਰਦ ਕੈਤ ਸੁਨਤ ਧਰੂਪਾਰਕ, ਭਜਨ ਮਾਹਿ ਲਪਟਾਨੋ, ਭਜਨ ਮਾਹਿ ਲਪਟਾਨੋ, ਅਚੁਲ ਅਮਲ ਨਿਰਭੈ ਪਦ ਪਾਇਓ ਜੀ ਜਾਨੋ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਹਰਤਾ ਹਰ ਨਾਮ ਪਛਾਨੋ, ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਦੁੱਖ ਹਰਤਾ ਹਰ ਨਾਮ ਪਛਾਨੋ, ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀ ਦੁੱਖ, ਦੁੱਖ ਹਰਤਾ ਹਰ ਨਾਮ ਪਛਾਨੋ, ਤਿਸ ਜਮ ਨਾਹੀ ਦੁੱਖ, ਦੁੱਖ ਭੰਜਨ ਤੇਰਾ ਨਾਮ ਜੀ,
दुख भंजन तेरा नाम। ओठ पर आराध्य पूर्ण सतगुर ज्ञान, जित घट वसे पार ब्रह्म। घट वसे पार ब्रह्म, सोई सुहावा था। जम कम करे नेड़ ना आवे, दुख हरता हर नाम पछानो। जम कम करने नावे, रसना हर गुण गाओ, दुख हरता हर नाम पछानो। ना जाना मैं ओ, ना जाना मैं ओ, ना जाना जाली जान। दुख लगे जान, दुख लगे ता तुझे संभाली। दुख हरता हर नाम पछानो। जान दुख लगे ता तुझे संभाली। दुख हरता हर नाम पछानो, पछान ले जीवित जान ले, भाव विश्वास कर ले। दुख हरता हर नाम पछानो, पहला पछान फिर जीविच विश्वास कर। ते विश्वास की कर अजमल गणका, जे सिमरत मुकुत भयो, मुकुत भय जी जानो। रुकना चाहना क्योंकि गुरबाणी दे सिद्धांत नू गुरबाणी विच्चों ही समझना है। गुरबाणी दा सिद्धांत किसे मरण मुकत नू प्रवान नहीं करता। भगत बेनी जी दी बाणी दा एक लाइन दा फैसला है श्री गुरु ग्रंथ साहिब विच। कहंदे ने बेनी कहे सुनो रे भगतो, भगती करन वाले सुनो, किते मरण तो बाद
ਮੁਕਤੀ ਦੀ ਆਸ ਰੱਖ ਕੇ ਭਗਤੀ ਨਾ ਕਰੀ ਜਾਣੀ। ਭਗਤੋ, ਭਗਤੀ ਕਰਨ ਵਾਲਿਓ, ਕਿਤੇ ਐਸਾ ਨਾ ਹੋਵੇ ਤੁਹਾਡੇ ਮਨ ਵਿੱਚ ਇਹ ਵਿਸ਼ਵਾਸ ਹੋਵੇ ਭਗਤੀ ਕਰਨ ਨਾਲ ਮਰਨ ਤੋਂ ਬਾਅਦ ਮੁਕਤ ਹੋ ਜਾਈਦਾ ਹੈ। ਅਸੀਂ ਵੀ ਬਹੁਤ ਕੁਝ ਐਸਾ ਬ੍ਰਹਮਣਿਜ਼ਮ ਦਾ ਸਾਡੇ ਘਰਾਂ ਮਨਾਂ ਵਿੱਚ ਕਰ ਕਰ ਚੁੱਕਾ ਹੈ, ਅਤੇ ਅਸੀਂ ਉਹ ਚੀਜ਼ਾਂ ਆਮ ਕਰਕੇ ਲਈਆਂ ਨੇ ਸਾਖੀਆਂ ਵਿੱਚੋਂ। ਸਾਖੀਕਾਰ ਪਤਾ ਨਹੀਂ ਕੌਣ ਸੀ, ਅਤੇ ਜੇ ਹੈ ਵੀ ਸੀ ਤਾਂ ਮਨੁੱਖ ਸੀ, ਇਸ ਲਈ ਮਨੁੱਖ ਨੇ ਜੋ ਕੁਝ ਨਹੀਂ ਦੇਖਿਆ ਉਹ ਦੇਖਿਆ ਫੇ ਲਿਖ ਦਿੱਤੇ। ਗੁਰਬਾਣੀ ਵਿੱਚੋਂ ਫੈਸਲੇ ਨਹੀਂ ਲਏ, ਆਹ ਦੁਕਾਨ ਸੀ। ਅਸੀਂ ਮੁਕਤਸਰ ਦੀ ਸਾਖੀ ਵਿੱਚ ਇਹ ਪਾ ਦਿੱਤਾ, ਮਾਂ ਸਿੰਘ ਕੋਲ ਗੁਰੂ ਦਸਮ ਪਾਤਸ਼ਾਹ ਗਏ ਅਤੇ ਉੱਥੇ ਮੈਂ ਆਖਰੀ ਲਫਜ਼ਾਂ 'ਤੇ ਪੁੱਜਾਂ, ਜਿਹੜੇ 40 ਸ਼ਹੀਦ ਹੋਏ ਸਨ ਉਹਨਾਂ ਸਾਰਿਆਂ ਨੂੰ ਮੁਕਤ ਕਰ ਦਿੱਤਾ। ਸ਼ਹੀਦ ਹੋ ਚੁੱਕੇ ਨੇ, ਜੇ ਸ਼ਹੀਦੀ ਤੋਂ ਬਾਅਦ ਮੁਕਤੀ ਮਿਲੀ ਹੈ ਤਾਂ ਇਹਦਾ ਮਤਲਬ ਮਰਨ ਤੋਂ ਬਾਅਦ ਮੁਕਤੀ ਮਿਲੀ ਹੈ। ਪਾ ਦਿੱਤਾ ਗੁਰਬਾਣੀ ਨੇ, ਮਰਨ ਮੁਕਤ ਪ੍ਰਵਾਨ ਨਹੀਂ ਕੀਤੀ। ਬੇਨੀ ਦੇ ਲਫਜ਼ ਨੇ, ਬੇਨੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਭਗਤੀ ਕਰਨ ਵਾਲਿਓ, ਕਿਤੇ ਇਹ ਆਸ ਨਾ ਰੱਖਿਓ ਉਹ ਨਾਮ ਜਪਣਾ ਮਰਨ ਤੋਂ ਬਾਅਦ ਮੁਕਤੀ ਦੇਵੇਗਾ। ਨਾਨਕ ਉਹ ਪੁਰਖ ਕਹੀਏ ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਮਨੁੱਖ ਜਿਹੜਾ ਪਾਪਾਂ ਦੇ ਵਿਕਾਰਾਂ ਦੇ ਸੰਗਲਾਂ ਵਿੱਚ ਬੱਝਿਆ ਹੋਇਆ ਹੈ, ਜਿਹਨੂੰ ਛੱਡ ਨਹੀਂ ਸਕਦਾ ਆਪਣੇ ਸੁਭਾਅ ਆਦਤਾਂ ਨੂੰ, ਜੇ ਉਹਨਾਂ ਨੂੰ ਛੱਡ ਦੇਵੇ ਤਾਂ ਸਮਝੋ ਮੁਕਤੀ ਮਿਲ ਗਈ, ਇੱਥੇ ਹੀ ਮੁਕਤੀ ਮਿਲ ਗਈ, ਜਿਉਂਦਿਆਂ ਹੀ ਮੁਕਤੀ ਮਿਲ ਗਈ। ਅਸੀਂ ਇਸ ਲਈ ਅਰਦਾਸ ਵਿੱਚ 40 ਮੁਕਤੇ ਨਹੀਂ ਆਖਦੇ, ਹੈਂ, ਅਤੇ ਜੇ 40 ਗਿਣੀਏ ਤਾਂ ਫਿਰ ਇਹਦਾ ਮਤਲਬ ਬਾਕੀ ਸਿੱਖ ਸਾਰੇ ਸੰਸਾਰ ਅੰਦਰ ਜਿੰਨੇ ਪੈਦਾ ਹੋਏ ਚੰਗੇ, ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਉਬਲੀਆਂ ਦੇਗਾਂ ਵਿੱਚ ਬਹਿਲੇ, ਆਰਿਆਂ ਨਾਲ ਤਨ ਚਰਾਏ, ਉਹ ਤਾਂ ਉਹਨਾਂ 40 ਵਿੱਚ ਨਾ ਆਏ। ਅਸੀਂ ਇਸੇ ਲਈ ਅਰਦਾਸ ਵਿੱਚ ਕਹਿੰਦੇ ਹਾਂ 40 ਨਹੀਂ ਜੀਵਨ ਮੁਕਤੇ, ਕਿਉਂਕਿ ਜਿਨ੍ਹਾਂ ਨੇ ਜਿਉਂਦਿਆਂ ਗੁਰਮਤ ਅਨੁਸਾਰ ਗੁਨਾਹਾਂ ਤੋਂ ਪਾਪਾਂ ਤੋਂ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰ ਲਈ। ਹੁਣ ਇੱਥੇ ਵੀ ਮੈਂ ਇੱਕ ਗੱਲ ਵਿਚਾਰਨਾ ਚਾਹੁੰਦਾ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਵਿੱਚ ਦੂਸਰੀ ਲਾਈਨ ਵਿੱਚ ਇਹ ਲਫਜ਼ ਆਏ ਨੇ, ਦੁੱਖ ਹਰਤਾ ਹਰ ਨਾਮ ਪਛਾਨੋ, ਅਜਾ ਮਲ
ਗਣ ਕਾ ਜੇ ਸਿਮਰਤ ਮੁਕਤ ਭੈ ਜੀ ਜਾਨੋ। ਉਹ ਮੁਕਤੀ ਹੋ ਗਈ ਉਹਨਾਂ ਦੀ, ਜੀ ਜਾਨੋ ਵਿਸ਼ਵਾਸ ਕਰੋ। ਹੁਣ ਕਿਉਂਕਿ ਸਾਖੀਕਾਰ ਦੇ ਅਡੰਬਰ ਖਿਆਲ ਨਾਲ ਇਹ ਸੀ ਕਿ ਅਜਾਮਲ ਵੀ ਮਰਨ ਤੋਂ ਬਾਅਦ ਮੁਕਤ ਹੋਇਆ, ਕਿਉਂਕਿ ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛਾਇਆ, ਜਮਗਣ ਮਾਰੇ ਹਰਗਣ ਹਰਗਣ ਗਿਆ ਸੁਰਗ ਜਮਡੰਡ ਨਾ ਸਹਿਆ। ਮਰਨ ਤੋਂ ਬਾਅਦ ਮੁਕਤੀ ਦਾ ਮਸਲਾ ਆ ਗਿਆ ਤੇ ਗਣਕਾ ਜਿਹੜੀ ਹੈ ਉਹਦੇ ਸੰਬੰਧ ਵਿੱਚ ਵੀ ਇਹੋ ਆਇਆ ਵੀ ਹੱਥੋਂ ਉਸਨੂੰ ਦਿੱਤੇ ਸਤੋਤਾ ਸਾਧੂ ਨੇ ਤੋਤਾ ਦੇ ਦਿੱਤਾ, ਇਹਨੂੰ ਰਾਮ ਰਾਮ ਪੜ੍ਹਾਈ ਚੱਲ। ਅਤੇ ਉੱਥੇ ਵੀ ਕਹਿ ਦਿੱਤਾ ਅੰਤਕਾਲ ਜਮਦੂਤ ਵੇਖ ਨਰਕੇ ਵਿੱਚ ਨਾ ਖਾਧ ਉਸ ਗੋਤਾ। ਅੰਤਕਾਲ ਦੀ ਗੱਲ ਆ ਗਈ। ਹਾਲਾਂਕਿ ਗੁਰਬਾਣੀ ਨੇ ਗੱਲ ਅੰਤਕਾਲ ਤੋਂ ਬਾਅਦ ਦੀ ਮੁਕਤੀ ਦੀ ਪ੍ਰਵਾਨ ਨਹੀਂ ਕੀਤੀ। ਹੁਣ ਇੱਥੇ ਲਫਜ਼ ਨੇ ਅਜਾਮਲ ਵੀ ਲਫਜ਼ ਪਾਪ ਨਾਲ ਜੁੜਿਆ ਹੋਇਆ। ਭਾਈ ਗੁਰਦਾਸ ਨੇ ਵੀ ਅਜਾਮਲ ਦਾ ਨਾਂ ਜਿਹੜਾ ਲਿਆ ਹੈ ਉੱਥੇ ਪਾਪ ਆਖਿਆ। ਅਜਾਮਲ ਪਾਪੀ ਜੰਗ ਜਾਣੇ, ਸੰਸਾਰ ਜਾਣਦਾ ਹੈ ਕਿ ਅਜਾਮਲ ਪਾਪੀ ਹੈ। ਤੇ ਗਣਕਾ ਦੇ ਸੰਬੰਧ ਵਿੱਚ ਵੀ ਲਫ਼ਜ਼ ਪਾਪੀ ਆਖਿਆ, ਗਣਕਾ ਪਾਪ ਭਾਈ ਗੁਰਦਾਸ ਜੀ ਨੇ ਜਿਹੜੇ ਲਫ਼ਜ਼ ਵਰਤੇ ਨੇ ਉੱਥੇ ਦੇਖਣਾ, ਉੱਥੇ ਵੀ ਪਾਪੀ ਇੱਥੇ ਵੀ ਪਾਪਣ। ਇੱਕ ਹੋਰ ਥਾਂ 'ਤੇ ਲਫ਼ਜ਼ ਨੇ ਉੱਥੇ ਗੱਜ ਜਿਹੜਾ ਅਗਲੀ ਲਾਈਨ ਵਿੱਚ ਆ ਭਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਦੀ ਅਗਲੀ ਲਾਈਨ ਵਿੱਚ ਗੱਜ ਲਫ਼ਜ਼ ਹੈ, ਉਹ ਹਾਥੀ ਦਾ ਉਹਦਾ ਜ਼ਿਕਰ ਵੀ ਵਿੱਚ ਕਰਕੇ ਤਿੰਨਾਂ ਨੂੰ ਇਕੱਠਿਆਂ ਕਰ ਦਿੱਤਾ ਹੈ। ਗੁਰਬਾਣੀ ਦੀ ਇੱਕ ਲਾਈਨ ਹੈ, ਅਜਾਮਲ ਗੱਜ ਗਣਕਾ ਪਤਤ ਕਰਮ ਕੀਨੇ। ਮੈਂ ਹੈਰਾਨ ਹੁੰਦਾ ਪਤਤ ਕਰਮ ਕੀ ਹੈ, ਪਾਪ ਦੇ ਕਰਮ ਬੁਰੇ ਕਰਮ। ਅਜਾਮਲ ਗੱਜ ਹਾਥੀ ਗਣਕਾ ਪਤਤ ਕਰਮ ਕੀਨੇ, ਤਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਇੱਥੇ ਤਿੰਨਾਂ ਦਾ ਨਾਂ ਲੈ ਦਿੱਤਾ, ਇਹਦਾ ਮਤਲਬ ਤਿੰਨੋਂ ਹੀ ਕਿਸੇ ਗੁਨਾਹਾਂ ਦੇ ਵਿੱਚ ਜੀਵਨ ਗੁਜ਼ਾਰ ਰਹੇ ਸਨ। ਅਜਾਮਲ ਉਸ ਗੁਨਾਹਾਂ ਤੋਂ ਮੁਕਤ ਹੋ ਗਿਆ ਜਦੋਂ ਨਾਮ ਜਪਿਆ, ਨਾਮ ਨਾਲ ਜੁੜਿਆ, ਨਾਮ 'ਤੇ
ਵਿਸ਼ਵਾਸ ਕੀਤਾ। ਜਦੋਂ ਇਹ ਪਤਾ ਲੱਗਾ ਦੁੱਖ ਹਰਤਾ ਹਰ ਨਾਮ ਪਛਾਣੋ, ਉਹ ਵੀ ਆਪਣੇ ਗੁਨਾਹਾਂ ਤੋਂ ਮੁਕਤ ਹੋ ਗਿਆ ਤੇ ਗਣਕਾ ਵੀ ਜਿਸਨੇ ਸਾਰੀ ਜ਼ਿੰਦਗੀ ਸਾਰਾ ਜੀਵਨ ਗੁਨਾਹਾਂ ਵਿੱਚ ਗੁਜ਼ਾਰਿਆ ਸੀ ਉਹ ਵੀ ਗੁਨਾਹਾਂ ਤੋਂ ਮੁਕਤ ਹੋ ਗਿਆ ਤੇ ਗੱਜ ਜਿਹਨੂੰ ਗੁਨਾਹ ਕਰਕੇ ਪਾਪ ਕਰਕੇ ਹੀ ਇਹ ਹਾਥੀ ਦਾ ਜਨਮ ਮਿਲਿਆ ਸੀ ਉਹ ਵੀ ਆਪਣੇ ਗੁਨਾਹਾਂ ਤੋਂ ਤੌਬਾ ਕਰ ਬੈਠਾ। ਇੱਥੇ ਲਫ਼ਜ਼ ਤ੍ਰਾਸ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵਰਤੇ ਹੈ ਮਰਨ ਲਈ, ਲਫ਼ਜ਼ ਤ੍ਰਾਸ ਤ੍ਰਾਸ ਮਤਲਬ ਮੌਤ ਨਹੀਂ ਹੁੰਦਾ, ਡਰ ਹੁੰਦਾ ਹੈ, ਤ੍ਰਾਸ ਦਾ ਅਰਥ ਹੈ ਡਰ। ਗੁਰੂ ਕਹਿੰਦੇ ਨੇ ਗੱਜ ਕੀ ਤ੍ਰਾਸ ਮਿੱਟੀ ਛਿਨ ਹੂਵੇ, ਕਿਉਂਕਿ ਸੰਸਾਰ ਮੌਤ ਤੋਂ ਡਰ ਰਿਹਾ ਹੈ। ਗੁਰੂ ਕਹਿੰਦੇ ਨੇ ਜਿਹੜੀ ਚੀਜ਼ ਆਉਣੀ ਆਉਣੀ ਉਹਦੇ ਤੋਂ ਡਰਨਾ ਕਿਉਂ ਨਹੀਂ, ਉਹਦੇ ਲਈ ਤਿਆਰ ਹੋਣਾ ਹੈ, ਉਹਦਾ ਡਰ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਜੱਗ ਮਰਨੇ ਤੇ ਜਗਤ ਡਰੇ, ਜੀਵਿਆ ਲੋੜੇ ਸਭ ਕੋਏ। ਮੌਤ ਇੱਕ ਲਫ਼ਜ਼ ਹੈ, ਦੁਨੀਆਂ ਦੇ ਲੋਕ ਮਰਨ ਤੋਂ ਡਰ ਰਹੇ ਨੇ। ਅਸਲ ਵਿੱਚ ਮਰਨ ਆਪਣੇ ਆਪ ਵਿੱਚ ਦੁੱਖ ਖਤਮ ਕਰਨ ਦਾ ਇੱਕ ਜ਼ਰੀਆ ਹੈ। ਜਦੋਂ ਮਰ ਜਾਂਦਾ ਹੈ ਉਸ ਤੋਂ ਬਾਅਦ ਅੱਗ 'ਤੇ ਰੱਖ ਦਿਓ, ਉਹਨੇ ਕਦੇ ਹਾਇਆ ਆਖਿਆ, ਉਹ ਤਾਂ ਦੁੱਖ ਖਤਮ ਹੋ ਗਿਆ। ਮਰਨ ਤੋਂ ਬਾਅਦ ਦੁੱਖ ਕੋਈ ਨਹੀਂ, ਕੋਈ ਰੋਗ ਲੱਗਣਾ ਹੀ ਨਹੀਂ, ਕੋਈ ਵਿਪਤਾ ਆਉਣੀ ਨਹੀਂ, ਕੋਈ ਥਕਾਵਟ ਹੋਣੀ ਨਹੀਂ, ਭੁੱਖੇ ਨੇ ਰੋਟੀ ਮੰਗਣੀ ਨਹੀਂ, ਨੰਗੇ ਨੇ ਤਨ ਦਾ ਕੱਪੜਾ, ਕੋਈ ਕਿਸੇ ਕਿਸਮ ਦੀ ਮਨ ਦੀ ਜਾਂ ਤਨ ਦੀ ਕੋਈ ਚਿੰਤਾ ਕੋਈ ਦੁੱਖ ਮਰਨ ਤੋਂ ਬਾਅਦ ਖਤਮ ਹੋ ਜਾਂਦਾ ਹੈ। ਅਤੇ ਮਰਨ ਆਪਣੇ ਆਪ ਵਿੱਚ ਚਿੰਤਾ, ਗੁਰੂ ਕਹਿੰਦੇ ਨੇ ਚਿੰਤਾ, ਇਸੇ ਗੱਲੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇੱਕ ਸਲੋਕ ਹੈ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਚਿੰਤਾ ਉਹਦੀ ਕਰ, ਡਰ ਉਸ ਤੋਂ ਜਿਹੜੀ ਚੀਜ਼ ਅਣਹੋਣੀ, ਜਿਹੜੀ ਹੋਣੀ ਹੈ ਹੁਣ ਹੋਣੀ ਨਹੀਂ, ਉਹਦੇ ਲਈ ਤਾਂ ਤਿਆਰ ਕਰ ਆਪਣੇ ਆਪ ਨੂੰ। ਡਰੀਏ ਤਾਂ ਜੇ ਕਿ ਛਾਪ ਦੁੱਕੀ ਚੈ, ਸਭ ਕਰਤਾ ਆਪਣੀ ਕਲਮ ਦਾ ਹੈ। ਅਤੇ ਗੱਜ ਨੂੰ ਹਾਥੀ ਨੂੰ ਵੀ ਜਦੋਂ ਪਤਾ ਲੱਗ ਗਿਆ, ਜਦੋਂ ਰਾਮ 'ਤੇ ਵਿਸ਼ਵਾਸ ਆਇਆ ਵੀ ਇਹ ਤਾਂ ਸਭ ਕੁਝ ਰਾਮ ਦੀ ਮਰਜ਼ੀ 'ਤੇ ਹੋਣਾ ਹੈ, ਮੌਤ ਦਾ ਡਰ ਖਤਮ ਹੋ ਗਿਆ, ਤੰਦੂਏ ਦਾ ਭਾਉ ਖਤਮ ਹੋ ਗਿਆ। ਮੈਂ ਇਹ ਕਰਜ਼ ਕਰਾਂ, ਰੱਬ ਸੰਬੰਧੀ ਵੀ ਜੇ ਇੱਕ ਗੱਲ ਆਖੀ ਜਾਂਦੀ ਨਾ ਕਿ ਉਹ ਸਿਰਫ ਇੱਕੋ ਨਿਰੰਕਾਰ ਹੈ ਜਿਹੜਾ ਨਿਰਭਉ ਹੈ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਇੱਕੋ ਨਿਰੰਕਾਰ। ਕਿਉਂ? ਕਿਉਂਕਿ ਉਹਦੇ 'ਤੇ ਮੌਤ ਨਹੀਂ ਆਉਂਦੀ, ਨਾ ਉਹ ਮਰੇ, ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੂਕੇ ਭੋਗ, ਉਹ ਅਵਿਨਾਸ਼ੀ ਰਾਇਆ ਨਿਰਭਉ, ਇਸੇ ਲਈ ਨਿਰਭਉ ਹੈ, ਉਹ ਅਵਿਨਾਸ਼ੀ ਰਾਇਆ ਨਿਰਭਉ ਸੰਗ ਤੁਮਾਰੇ ਦਸ ਬਸਤੇ, ਨਨਕਾਹ 'ਤੇ ਆਇਆ
ਉਹਨੂੰ ਕੋਈ ਡਰ ਹੈ ਹੀ ਨਹੀਂ, ਕੋਈ ਤਰਾਸ ਹੀ ਨਹੀਂ। ਇਹਦਾ ਮਤਲਬ ਹੈ ਜਿਹੜਾ ਪ੍ਰਭੂ ਨਾਲ ਹੀ ਇਹ ਕਹਿ ਦਿੱਤਾ ਨਿਰਭਉ ਜਪੇ ਸਗਲ ਭਉ ਮਿਟੇ, ਜਿਹੜਾ ਨਿਰਭਉ ਨੂੰ ਜਪਦਾ ਹੈ, ਨਿਰਭਉ 'ਤੇ ਵਿਸ਼ਵਾਸ ਕਰਦਾ ਹੈ, ਉਹਦਾ ਭੈ ਤਰਾਸ ਡਰ ਖਤਮ ਹੁੰਦਾ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੱਜ ਦੇ ਸੰਬੰਧ ਵਿੱਚ ਵੀ ਇਹ ਕਹਿੰਦੇ, ਜਦੋਂ ਕਹਿਣ ਲੱਗੇ ਜਦੋਂ ਉਹਨੇ ਰਾਮ ਦੁਆਲੇ ਪਾਸੇ ਤੱਕਿਆ, ਉਹ ਦੇਖਿਆ ਉਹ ਨਿਰਭਉ ਹੈ, ਮੌਤ ਨਹੀਂ ਆਉਂਦੀ, ਉਹਦੇ ਹੱਥ ਸਭ ਕੁਝ ਹੈ, ਅਤੇ ਮੈਂ ਉਹਦਾ ਨਾਮ ਜਪਣਾ, ਫਿਰ ਕਹਿਣ ਲੱਗਾ ਮੈਨੂੰ ਮੌਤ ਦਾ ਕਾਹਦਾ ਡਰ ਹੈ, ਉਹਦੀ ਤਰਾਸ ਖਤਮ ਹੋਈ। ਕਹਿਣ ਲੱਗੇ ਗੱਜ ਕੀ ਤਰਾਸ ਮਿਟੀ ਛਿਨਹੂੰ ਮੈਂ, ਪਲ ਨਹੀਂ ਲੱਗਾ, ਮਨ ਦੇ ਖਿਆਲ ਹੀ ਬਦਲਦੇ ਸਨ, ਮਨ ਦੀ ਚਿੰਤਾ ਹੀ ਖਤਮ ਕਰਨੀ ਸੀ। ਗੱਜ ਕੀ ਤਰਾਸ ਮਿਟੀ ਛਿਨਹੂੰ ਮੈਂ, ਜਬ ਹੀ ਰਾਮ ਬਖਾਨੋ। ਫਿਰ ਕਹਿਣ ਲੱਗੇ ਤਿੰਨ ਚੀਜ਼ਾਂ ਨੇ ਇਸ ਸ਼ਬਦ ਦੇ, ਤਿੰਨ ਵਿੱਚ ਮਸਲੇ ਨੇ ਜਿਹੜੇ ਸੁਲਝਾਏ ਗਏ ਨੇ, ਇੱਕ ਮੁਕਤੀ ਦਾ, ਅਤੇ ਪਾਪਾਂ ਤੋਂ ਮੁਕਤ ਹੋਣਾ, ਵਿਕਾਰਾਂ ਤੋਂ ਮੁਕਤ ਹੋਣਾ, ਇਹੋ ਹੀ ਮੁਕਤੀ ਹੈ। ਕਿਸੇ ਮਰਨ ਤੋਂ ਬਾਅਦ ਸਵਰਗ ਨਰਕ ਦਾ ਮਸਲਾ ਲੈ ਕੇ ਉਸ ਮੁਕਤੀ ਦੀ ਆਸ ਨਹੀਂ ਰੱਖਣੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅੱਜ ਦੇ ਸ਼ਬਦ ਦਾ ਇਹ ਸੰਖੇਪ ਹੈ। ਮਰਨ ਤੋਂ ਬਾਅਦ ਮੁਕਤੀ ਨਹੀਂ, ਇੱਥੇ ਵਿਕਾਰਾਂ ਤੋਂ ਮੁਕਤੀ, ਤਰਾਸ ਤੋਂ, ਡਰ ਤੋਂ ਮੁਕਤੀ, ਗੱਜ ਦੇ ਐਗਜ਼ਾਮਪਲ ਦੇ ਕੇ। ਅਤੇ ਤੀਜੀ ਚੀਜ਼ ਹੈ ਲੋਭ ਲਾਲਚ ਪਕੜ ਤੋਂ ਮੁਕਤ, ਕਿਉਂਕਿ ਸੰਸਾਰ ਅੰਦਰ ਜਿੰਨੀ ਦੇਰ ਜਿਉਂਦਾ ਹੈ ਓਨੀ ਦੇਰ ਲੋਭ ਲਾਲਚ ਨਹੀਂ ਖਤਮ ਹੁੰਦਾ। ਉਹਦੇ ਲਈ ਇੱਕ ਐਗਜ਼ਾਮਪਲ ਦਿੱਤੀ ਨੇ ਤੀਜੀ, ਉਹ ਕੀ ਨਾਰਦ ਕਹਿਤ ਸੁਨਤ ਧਰੂ ਬਾਰਕ, ਇਹ ਵੀ ਸਾਖੀਕਾਰ ਨੇ ਲਿਖ ਦਿੱਤਾ ਕਿ ਧਰੂ ਅਸ ਦਾ ਘਰ ਆਇਆ, ਘਰ ਪਿਆਰ ਪਿਓ ਕੁਛੜ ਲੀਤਾ, ਧਰੂ ਖੇਡਦਾ ਖੇਡਦਾ ਘਰ ਆਇਆ, ਪਿਤਾ ਮਸਨਤ 'ਤੇ ਬੈਠਾ, ਸਖਤ 'ਤੇ ਬੈਠਾ ਸੀ, ਸਿੱਧਾ ਆ ਕੇ ਉਹਦੀ ਗੋਦ ਵਿੱਚ ਬੈਠਣ ਲੱਗਾ, ਉਹਨੇ ਪਿਆਰ ਵੀ ਕੀਤਾ, ਪੁੱਤਰ ਹੈ। ਪਰ ਮਤਰੇਈ ਮਾਂ ਨੇ ਦੇਖਿਆ, ਉਹ ਬਰਦਾਸ਼ਤ ਨਾ ਕਰ ਸਕੀ ਕਿ ਮੇਰਾ ਮਤਰਿਆ ਪੁੱਤਰ ਆ ਕੇ ਬਾਦਸ਼ਾਹ ਦੀ ਝੋਲੀ 'ਚ ਬੈਠੇ। ਉਹਨੇ ਆ ਕੇ ਫੜ ਕੇ ਬਾਹੋਂ ਖਿੱਚ ਕੇ ਉਹਨੂੰ ਗੋਦੀ ਵਿੱਚੋਂ ਕੱਢ ਦਿੱਤਾ। ਹੁਣ ਬੱਚਾ ਸੀ, ਮੈਂ ਸਾਥੀ ਦੇ ਸੰਖੇਪ ਵਿੱਚ ਜਾਵਾਂ, ਬੱਚਾ ਸੀ, ਰੋਂਦਾ ਰੋਂਦਾ ਆਪਣੀ ਮਾਂ ਕੋਲ ਚਲਾ ਗਿਆ, ਸਕੀ ਮਾਂ ਕੋਲ, ਅਤੇ ਕਹਿਣ ਲੱਗਾ ਹੇ ਮਾਂ, ਮੈਂ ਤਾਂ ਸਮਝਿਆ ਸੀ ਮੈਂ ਇਸ ਬਾਦਸ਼ਾਹ ਦਾ, ਰਾਜੇ ਦਾ ਪੁੱਤਰ ਹਾਂ, ਤਾਂ ਉਹਦੀ ਗੋਦੀ ਵਿੱਚ ਚਲਾ ਗਿਆ, ਮੈਨੂੰ ਕੀ ਪਤਾ ਸੀ ਤੂੰ ਗੋਲੀ ਹੈ, ਤੂੰ ਨੌਕਰੀਆਂ ਨਹੀਂ, ਮੈਨੂੰ ਇਹ ਦੱਸ ਤੂੰ ਨੌਕਰੀਆਂ ਨਹੀਂ ਹੈ ਜਾਂ ਰਾਣੀ ਹੈ। ਭਾਈ ਸਾਹਿਬ ਕਹਿੰਦੇ ਨੇ
ਧਰੂ ਅਸ ਦਾ ਘਰ ਆਇਆ, ਘਰ ਪਿਆਰ ਪਿਓ ਕੋ ਛੱਡ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਈ ਕੀਤਾ, ਡਿਡੋ ਲਿੱਕਾ ਰੋਂਦਾ, ਮਾਂ ਪੁੱਛੇ ਮਾਂ ਨੂੰ ਪੁੱਛਣ ਲੱਗਾ, ਤੂੰ ਸਵਾਣੀ ਹੈ ਕਿ ਸਰੀਤਾ, ਤੂੰ ਰਾਣੀ ਹੈ ਜਾਂ ਗੋਲੀ ਹੈ। ਮਾਂ ਨੇ ਜਵਾਬ ਵੀ ਬੜਾ ਸਪਸ਼ਟ ਦਿੱਤਾ, ਕਹਿਣ ਲੱਗੀ ਸਵਾਣੀ ਹਾਂ ਮੈਂ ਜਨਮ ਦੀ, ਜਨਮ ਕਰਕੇ ਰਿਸ਼ਤੇ ਕਰਕੇ ਬੇਸ਼ੱਕ ਮੈਂ ਰਾਣੀ ਹਾਂ, ਪਰ ਮੈਨੂੰ ਦਿਸਦਾ ਹੈ ਮੈਂ ਰਾਣੀਆਂ ਵਾਲੇ ਭਗਤੀ ਗੁਣ ਨਹੀਂ ਪੈਦਾ ਕੀਤੇ, ਇਸ ਲਈ ਰਾਣੀ ਬਣ ਨਹੀਂ ਸਕੀ। ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਹੁਣ ਇੱਥੇ ਖਲੋਣਾ ਹੈ ਉਹੋ ਹੀ ਧਰੂ, ਇਹ ਕਸ ਕਹਿੰਦਾ ਹੈ ਕਿੱਥੋਂ ਨਾਮ ਵਾਲੇ ਪਾਸੇ ਬਦਲਿਆ, ਕਹਿੰਦਾ ਕਿਸ ਉਦਮ ਤੇ ਰਾਜ ਮਿਲੇ, ਇਹਦਾ ਮਤਲਬ ਰਾਜ ਦਾ ਲਾਲਚ ਪੈਦਾ ਹੋਇਆ। ਉਦਮ ਤਾਂ ਲਾਲ ਰਾਜ ਲਈ ਕੀਤਾ ਨਾ, ਸਵਾਲ ਤਾਂ ਰਾਜ ਲਈ ਰੱਖਿਆ। ਮਾਂ ਫਿਰ ਮੈਨੂੰ ਦੱਸ ਕਿਸ ਉਦਮ ਤੇ ਰਾਜ ਮਿੱਤਲੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ, ਮੇਰੇ ਦੁਸ਼ਮਣ ਵੀ ਮੇਰੇ ਮਿੱਤਰ ਬਣ ਜਾਣ। ਕਿਹੜਾ ਉਦਮ ਕਰਾਂ, ਕਿਹੜਾ ਕੰਮ ਕਰਾਂ ਕਿ ਮੈਨੂੰ ਰਾਜ ਮਿਲ ਜਾਏ। ਰਾਜ ਲਈ ਤਰਲੇ ਪਾਉਂਦਾ ਹੈ ਤੇ ਮਾਂ ਅੱਗੋਂ ਜਵਾਬ ਦਿੰਦੀ ਹੈ ਕਿ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈਏ ਪਤਿਤ ਪੁਨੀਤਾ, ਜੇ ਤੂੰ ਰਾਜ ਚਾਹੁੰਦਾ ਤਾਂ ਪ੍ਰਭੂ ਦਾ ਸਿਮਰਨ ਕਰ, ਨਾਮ ਜਪ। ਹੁਣ ਉੱਥੋਂ ਸਾਬਤ ਹੁੰਦਾ ਹੈ ਕਿ ਨਾਮ ਜਪਣ ਦਾ ਇਰਾਦਾ ਲੈ ਕੇ ਘਰੋਂ ਜੇ ਨਿਕਲਿਆ ਤਾਂ ਰਾਜ ਲਈ ਨਿਕਲਿਆ। ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈਏ ਪਤਿਤ ਪੁਨੀਤਾ। ਬਾਹਰ ਚੱਲਿਆ ਕਰਨ ਤਾਂ ਲੈ, ਫਿਰ ਮਾਂ ਮੈਂ ਤਪ ਕਰਾਂਗਾ, ਮੈਂ ਨਾਮ ਜਪਾਂਗਾ, ਮੈਂ ਪਰਮੇਸ਼ਰ ਦੀ ਆਰਾਧਨਾ ਕਰਾਂਗਾ, ਮੈਂ ਰਾਜ ਤਖਤ ਤੇ ਬੈਠਾਂਗਾ। ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ। ਇੱਥੇ ਭਾਈ ਦਸ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਲਾਈਨ ਫਿਰ ਪੜ੍ਹੀਏ, ਆਖਰੇ ਨੇ ਕਹਿੰਦੇ ਨਾਰਿਕ ਕਹਿਤ ਸੁਨਤ ਧਰੂ ਬਾਰਕ ਭਜਨ ਮਾਹੇ ਲਪਟਾਨੂ। ਅਤੇ ਭਾਈ ਗੁਰਦਾਸ ਨੇ ਵੀ ਇਹੋ ਗੱਲ ਕਹਿ ਦਿੱਤੀ, ਨਾਰਦ ਮੋਨੂ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ। ਨਾਰਦ ਮੁਨੀ ਮਿਲਿਆ, ਉਹਨੇ ਨਾਮ ਜਪਣ ਵਾਲੇ ਪਾਸੇ ਭਗਤੀ ਵਾਲੇ ਪਾਸੇ ਪ੍ਰੇਰਨਾ ਦੇ ਕੇ ਲਾ ਦਿੱਤਾ, ਲੱਗ ਪਿਆ। ਹੁਣ ਅੱਗੇ ਰੁਕਣਾ ਹੈ ਉਹ ਇੱਥੇ ਵੀ, ਜਿਸ ਰਾਜ ਲਈ ਬਾਹਰ ਚੱਲਿਆ ਕਰਨ ਤਪ ਸੀ, ਜਿਸ ਰਾਜ ਲਈ ਸਵਾਲ ਕਰ ਰਿਹਾ ਸੀ ਮਾਂ ਤੇ ਕਿਸ ਉਦਮ ਤੇ ਰਾਜ ਮਿਲੇ, ਤੇ ਜਿਸ ਰਾਜ ਲਈ ਨਾਰਦ ਮੁਨ ਦੀ ਉਪਦੇਸ਼ ਮੰਨ ਕੇ ਭਗਤੀ ਵਾਲੇ ਪਾਸੇ ਲੱਗਾ ਸੀ, ਨਾਮ ਨਿਧਾਨ ਅਮਿਓ ਰਸ ਪੀਤਾ,
ਭਾਈ ਸਾਹਿਬ ਕਹਿੰਦੇ ਨੇ ਹੋਇਆ ਕਿ ਕੁਛ ਸਮੇਂ ਬਾਅਦ ਉਹ ਸਮਾਂ ਆਇਆ ਜਦੋਂ ਜਾਗਰਤੀ ਆਈ, ਪ੍ਰੇਰਨਾ ਮਿਲੀ, ਪਤਾ ਲੱਗਾ ਕਿ ਮੇਰਾ ਪੁੱਤਰ ਤਾਂ ਬੜਾ ਵੱਡਾ ਮਹਾਨ ਤਪੱਸਵੀ ਹੋ ਗਿਆ ਹੈ। ਉਹਨੇ ਆਖਿਆ ਨਹੀਂ, ਉਹਨੂੰ ਬੁਲਾਓ। ਪਿੱਛੋਂ ਰਾਜੇ ਸੱਦਿਆ। ਹੁਣ ਰਾਜਾ ਸੁਨੇਹੇ ਭੇਜਦਾ ਹੈ। ਹੁਣ ਦੇਖਣਾ ਇਹ ਹੈ ਵੀ ਮਨੁੱਖ ਵਿੱਚ ਤਬਦੀਲੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਬਦਾਵਲੀ ਕਿਵੇਂ ਵਰਤੀ ਜਾ ਗਈ ਹੈ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤਨੀਤਾ, ਹੁਣ ਹਮੇਸ਼ਾ ਵਾਸਤੇ ਤੂੰ ਰਾਜ ਕਰ। ਅਬ ਚਲ ਰਾਜ ਕਰੋ ਨਿਤਨੀਤਾ, ਹਮੇਸ਼ਾ ਵਾਸਤੇ ਸਿੰਘਾਸਨ ਤੇ ਤੂੰ ਆ ਕੇ ਬੈਠ, ਤੂੰ ਰਾਜ ਕਰ। ਪਰ ਹੋਇਆ ਕੀ, ਕਹਿਣ ਲੱਗਾ ਹੁਣ ਮੈਨੂੰ ਰਾਜ ਦੀ ਲੋੜ ਨਹੀਂ। ਕਦੀ ਮੈਂ ਮਾਂ ਕੋਲੋਂ ਪੁੱਛਦਾ ਸਾਂ ਕਿਸ ਉਦਮ ਤੇ ਰਾਜ ਮਿਲੇ, ਹੁਣ ਮੈਨੂੰ ਰਾਜ, ਤੂੰ ਮੈਨੂੰ ਅਬ ਚਲ ਰਾਜ ਕੀ ਦੇਣਾ ਹੈ, ਅਚਲ ਅਮਰ ਨਿਰਭੈ ਪਦ ਪਾਇਓ। ਹੁਣ ਜਿੰਦਾ ਨਾਮ, ਜਿੰਦਾ ਤਪ, ਜਿੰਦਾ ਸਿਮਰਨ ਕਰ ਕਰਕੇ ਮੈਨੂੰ ਨਿਰਭੈ ਪਦ ਮਿਲਿਆ ਹੈ, ਜਿੰਦਾ ਸਿਮਰਨ ਕਰਕੇ ਮੈਨੂੰ ਅਮਰ ਪਦਵੀ ਮਿਲੀ ਹੈ, ਮਨ ਦਾ ਅਹਿਸਾਸ ਮਿਲਿਆ, ਮੈਂ ਉਹਨੂੰ ਛੱਡ ਕੇ ਤੇਰੇ ਰਾਜ ਸਿੰਘਾਸਨ 'ਤੇ ਨਹੀਂ ਬੈਠ ਸਕਦਾ, ਕਿਉਂਕਿ ਉਸ ਰਾਜ ਸਿੰਘਾਸਨ 'ਤੇ ਸੁੱਖ ਨਹੀਂ ਦੁੱਖ ਨੇ। ਮੇਰਾ ਗੁਰੂ ਆਖਦਾ ਸਗਲ ਸ੍ਰਿਸ਼ਟ 'ਤੇ ਰਾਜਾ ਦੁਖੀਆ ਹੈ। ਰਾਜੇ ਕੋਲ ਕੀ ਨਹੀਂ, ਉਹਦੇ ਕੋਲ ਸਾਧਨ ਕੀ ਨਹੀਂ ਸੁੱਖ ਦੇ, ਪਰ ਸਾਰੀ ਸ੍ਰਿਸ਼ਟੀ ਤੋਂ ਦੁਖੀ ਹੈ। ਕਿਉਂ? ਸਗਲ ਸ੍ਰਿਸ਼ਟ ਤੇ ਰਾਜਾ ਦੁਖੀਆ, ਤੇ ਉਹ ਦੁੱਖ ਜੇ ਉਹ ਮਿਟਾਉਣਾ ਚਾਹੇ ਤੇ ਕਿਵੇਂ ਮਿਟਦਾ? ਹਰ ਕਾ ਨਾਮ ਜਪਤ ਹੋਏ ਸੁਖੀਆ। ਕਹਿਣ ਲੱਗੇ ਮੈਨੂੰ ਇਸ ਲਈ ਤੇਰੇ ਰਾਜ ਤਖਤ ਦੀ ਲੋੜ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਦੀਆਂ ਇਹ ਸਾਰੀਆਂ ਲਾਈਨਾਂ ਤਾਂ ਆਹ ਜੀਵਨ ਮੁਕਤ ਕਰਦੀਆਂ ਨੇ। ਇਸ ਤਰ੍ਹਾਂ ਦਾ ਅਚਲ ਅਮਰ ਨਿਰਭੈ ਪਦ ਪਾਉਂਦੀਆਂ ਨੇ, ਅਚਲ ਅਤੇ ਅਟਲ ਵਿਸ਼ਵਾਸ ਦਿੰਦੀਆਂ ਨੇ। ਪਰ ਬ੍ਰਹਮਨਿਜ਼ਮ ਦੇ ਕਹਾਣੀਕਾਰਾਂ ਨੇ ਆਖਿਆ ਅਸਮਾਨ ਵਿੱਚ ਕੋਈ ਤਾਰਾ ਹੈ, ਉਹਦਾ ਨਾਂ ਅਟਲ ਧਰੁਵ ਤਾਰਾ ਰੱਖ ਲਿਆ, ਉਹਨੂੰ ਅਸੀਂ ਵੀ ਅਪਣਾ ਲਿਆ ਵੀ ਗੁਰੂ ਨਾਨਕ ਪਾਤਸ਼ਾਹ ਜਦੋਂ ਸੱਚਖੰਡ ਗਏ ਉਦੋਂ ਧਰੁਵ ਦੇ ਉਸ ਤਾਰੇ 'ਤੇ ਜਾ ਕੇ ਰੁਕੇ, ਉੱਥੇ ਮਰਦਾਨੇ ਨੂੰ ਛੱਡਿਆ, ਬਾਲੇ ਨੂੰ ਨਾਲ ਲੈ, ਬੜੀ ਲੰਬੀ ਚੌੜੀ ਸਾਖੀ ਭਾਈ ਬਾਲੇ ਸਾਖੀ ਕਰ ਦਿੱਤੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਦਾ ਸ਼ਬਦ ਸਾਬਤ ਕਰਦਾ ਹੈ ਕਿ ਦ੍ਰਿੜ ਵਿਸ਼ਵਾਸ ਹੀ ਧਰੁਵ ਬਣਦਾ ਹੈ। ਉਹ ਦ੍ਰਿੜ ਵਿਸ਼ਵਾਸ ਪ੍ਰਹਿਲਾਦ ਵਿੱਚ ਵੀ ਆਇਆ। ਗੁਰੂ ਨੇ ਦੋ ਬੱਚਿਆਂ ਦਾ ਨਾਂ ਇਕੱਠਾ ਲਿਆ ਬਾਣੀ ਵਿੱਚ, ਗੁਰਬਾਣੀ ਅੰਦਰ ਦੋ ਬੱਚਿਆਂ ਦਾ ਨਾਮ ਆਇਆ ਹੈ, ਧਰੁਵ ਪ੍ਰਹਿਲਾਦ। ਰਾਮ ਜਪੋ ਜੀ ਐਸੇ ਐਸੇ, ਕਹਿਣ ਲੱਗੇ ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਦੋਨੋਂ ਬੱਚੇ ਨੇ, ਪੰਜ ਬਰਖ ਕੋ ਅਨਾਥ ਧਰੁਵ ਬਾਰਕ, ਬੱਚਾ ਸਿਰਫ 5 ਸਾਲ ਦਾ ਹੈ।
ਹਰ ਸਿਮਰਤ ਅਗਮ ਅਟਾਰੇ ਦੋ ਬੱਚਿਆਂ ਦਾ ਨਾਮ ਲਿਆ, ਕਿਉਂਕਿ ਜਿੱਥੇ ਧਰੂ ਅਟਲ ਵਿਸ਼ਵਾਸ ਵਾਲਾ ਹੈ ਉੱਥੇ ਪ੍ਰਹਿਲਾਦ ਵੀ ਵਿਸ਼ਵਾਸ ਵਾਲਾ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਸੰਡੇ ਮਰ ਕੇ ਕਿਹੋ ਜਾਏ, ਪ੍ਰਹਿਲਾਦ ਬੁਲਾਏ ਬੇਗ ਦਹਾਏ, ਤੂੰ ਰਾਮ ਕਹਿਣ ਕੀ ਛੋਟ ਬਾਣ, ਤੁਝੇ ਤੁਰਤ ਛੁਡਾਵੋ ਮੇਰੋ ਕਹਿਓ ਮਾਨ। ਅਤੇ ਜਵਾਬ ਵਿੱਚ ਪ੍ਰਹਿਲਾਦ ਕਹਿੰਦਾ, ਮੋਕੋ ਕਹਾਂ ਸਤਾਓ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀਏ ਪਹਾੜ, ਇੱਕ ਰਾਮ ਨਾ ਛੋਡੋ ਗੁਰੇ ਗਾਰ, ਮੋਕੋ ਕਾਲ ਜਾਰ ਭਾਵੇਂ ਬਾਰ ਲਾਰ। ਇਹ ਹੈ ਦ੍ਰਿੜਤਾ, ਅਤੇ ਦ੍ਰਿੜਤਾ ਨੂੰ ਅਚਲ ਅਮਰ ਆਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ। ਅਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਗੁਰਸਿੱਖੀ ਸਿਧਾਂਤ ਮੁਤਾਬਕ, ਗੁਰੂ ਦੇ ਸਿਧਾਂਤ ਮੁਤਾਬਕ ਸ਼ਬਦਾਵਲੀ ਦੇ ਕੇ ਤਿਆ ਢਾਲਿਆ ਅਤੇ ਆਖਿਆ, ਅਚਲ ਅਮਰੇ ਨਿਰਭੈ ਪਦ ਪਾਇਆ, ਅਚਲ ਅਮਰ ਨਿਰਭੈ ਪਦ ਪਾਇਆ, ਜਗਤ ਜਾਹੇ ਹੋ ਗਈ ਕਿ ਇੰਨੇ ਛੋਟੇ ਬੱਚੇ ਛੋਟੀ ਉਮਰ ਵਿੱਚ ਇੰਨੀ ਅਚਲ ਬਿਰਤੀ, ਇੰਨਾ ਅਟਲ ਖਿਆਲ, ਅਤੇ ਮੌਤ ਦਾ ਡਰ ਵੀ ਨਾ ਸਮਝਣਾ, ਅਮਰ ਹੋ ਜਾਣਾ ਆਪਣੀ ਬਿਰਤੀ ਮੁਤਾਬਕ ਅਵਸਥਾ ਮੁਤਾਬਕ। ਜੋ ਦੁਨੀਆ ਹੈਰਾਨ ਸੀ ਵੀ ਇੰਨੇ ਬੱਚਿਆਂ ਵਿੱਚ ਇੰਨੀ ਦ੍ਰਿੜਤਾ ਕਿਵੇਂ ਆ ਗਈ। ਅਚਲ ਅਮਰ ਨਿਰਭੈ ਪਦ ਪਾਇਆ, ਜਗਤ ਜਾਹੇ ਹੈਰਾਨੋ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਉਹਦਾ ਕਾਰਨ ਸਮਝ ਲੈ, ਦੁੱਖ ਹਰਤਾ ਦੁੱਖ ਹਰਤਾ ਹਰ ਨਾਮ ਦੁੱਖ ਹਰਤਾ ਦੁੱਖ ਹਰਤਾ ਹਰ ਨਾਮ ਪਛਾਣ ਹਰ ਨਾਮ ਪਛਾਣ ਹਰ ਨਾਮ ਪਛਾਣੋ ਬੋਲੇ ਸੋ ਨਿਹਾਲ। ਕਿਉਂਕਿ ਨਾਮ ਯਾਦ, ਕਿਉਂਕਿ ਨਾਮ ਹੀ ਗੁਣ ਹੈ। ਕੱਲ੍ਹ ਸਵੇਰੇ ਕੋਸ਼ਿਸ਼ ਕਰਾਂਗੇ, ਨਾਮ ਕੀ ਰਹਿ, ਉਹਦਾ ਮਕਸਦ ਕੀ ਰਹਿ। ਨਾਨਕ ਇਹ ਗੁਣ ਨਾਮ ਸੁਖਮਣੀ ਸਵੇਰੇ ਦਾ ਵਿਸ਼ਾ ਰੱਖਾਂਗੇ, ਸੋਚੀਏ ਗੁਣ ਹੈ, ਅਤੇ ਗੁਣਾਂ ਨਾਲ ਔਗੁਣਾਂ ਤੋਂ ਮੁਕਤ ਹੋ ਜਾਣਾ ਹੈ, ਉਹ ਮੁਕਤੀ ਹੈ। ਗੁਣਾਂ ਨਾਲ ਨਿਰਭੈ ਹੋ ਜਾਣਾ ਹੈ, ਉਹ ਮੁਕਤੀ ਹੈ। ਗੁਣਾਂ ਨਾਲ ਅਚਲ ਅਤੇ ਅਡਲ ਦ੍ਰਿੜ ਮੌਤ ਤੋਂ ਨਿਰਭੈ ਹੋਣਾ, ਇਹ ਮੁਕਤੀ ਹੈ।
ਜਿਹੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਗੁਣ ਰੂਪੀ ਨਾਮ ਵਿੱਚੋਂ ਪ੍ਰਾਪਤ ਹੁੰਦੀ ਹੈ, ਇਹ ਵਿਸ਼ਵਾਸ ਕਰ। ਦੁੱਖ ਹਰਤਾ ਹਰ ਨਾਮ ਪਛਾਣੋ, ਅਜਾਮਲ ਗਣਕਾ ਜੈ ਸਿਮਰਤ ਮੁਕਤ ਭਏ ਜੀ ਜਾਣੋ। ਵਿਸ਼ਵਾਸ ਕਰੋ। ਇਹਨਾਂ ਸ਼ਬਦਾਂ ਨਾਲ ਖਮਾਂਦਾ ਜਾ ਚੁੱਕਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।